ਗਵਾਹ ਵੀ ਮੇਰਾ ਤਾਇਆ ਜਾ ਕੇ ਹਸਪਤਾਲ ਤੋਂ ਪਰਚੀ ਲੈ ਕੇ ਭੀਮ ਦੀ ਉਹ ਲੈ ਕੇ ਆਉਂਦਾ ਹੁੰਦਾ ਸੀਗਾ। ਨਾ ਅਸੀਂ ਖਸ ਖਸ ਦੇ ਮੈਂ ਹੱਕ ਚ, ਨਾ ਪਾਰਟੀ ਦੇ ਹੱਕ ਚ। ਇੱਕ ਪਾਸੇ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਪੰਜਾਬ 'ਚ ਅਫੀਮ ਦੀ ਖੇਤੀ ਨੂੰ ਪ੍ਰਫੁੱਲਤ ਕੀਤੇ ਜਾਣ ਲਈ ਪਟਿਆਲਾ ਤੋਂ MP ਡਾਕਟਰ ਧਰਮਵੀਰ ਗਾਂਧੀ ਵੱਲੋਂ ਕਰਵਾਈ ਗਈ ਅਫੀਮ ਦੀ ਖੇਤੀ ਦੇ ਸਮਰਥਨ 'ਚ ਕੈਪਟਨ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਵੀ ਨਿੱਤਰ ਆਏ ਨੇ। ਸਿੱਧੂ ਨੇ ਡਾਕਟਰ ਗਾਂਧੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਡਾਕਟਰ ਗਾਂਧੀ ਬਹੁਤ ਵਧੀਆ ਕੰਮ ਕਰ ਰਹੇ ਨੇ ਅਤੇ ਪਹਿਲਾਂ ਲੋਕ ਅਫੀਮ ਨੂੰ ਦਵਾਈ ਦੇ ਤੌਰ ਤੇ ਵਰਤਦੇ ਸਨ। ਬਹੁਤ ਸਿਆਣੀ ਗੱਲ ਕਰ ਰਹੇ। ਮੈਂ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਗਵਾਹ ਵੀ ਮੇਰਾ ਤਾਇਆ ਜਾ ਕੇ ਹਸਪਤਾਲ ਤੋਂ ਪਰਚੀ ਲੈ ਕੇ ਅਫੀਮ ਦੀ ਉਹ ਲੈ ਕੇ ਆਉਂਦਾ ਹੁੰਦਾ ਸੀਗਾ ਔਰ ਲੰਮੀ ਉਮਰ ਜੀਏ ਇੱਕ ਤਰ੍ਹਾਂ ਦੀ ਦਵਾਈ ਦੇ ਰੂਪ ਦੇ ਵਿੱਚ ਉਹਨੂੰ ਯੂਜ਼ ਕਰਦੇ ਸੀਗੇ। ਲੇਕਿਨ ਜਿਹੜਾ ਇਹ ਮਜੀਠੀਏ ਨੇ ਚਿੱਟਾ ਲਿਆਂਦਾ, ਇਹ ਮਤਲਬ ਸਾਲ ਸਾਲ ਦੇ ਵਿੱਚ ਇਹ ਮਾਵਾਂ ਅੱਜ ਆਪਣੇ ਕਨੇੜਿਆਂ ਦੇ ਉੱਤੇ ਪੁੱਤਾਂ ਦੇ ਵਿਛੋੜਿਆਂ ਦਾ ਬੋਝ ਚੱਕ ਰਹੀਆਂ ਨੇ। ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਨਵਜੋਤ ਸਿੱਧੂ ਵੱਲੋਂ ਅਫੀਮ ਦੀ ਖੇਤੀ ਦੀ ਵਰਤੋਂ ਸਿਰਫ ਦਵਾਈ ਦੇ ਤੌਰ ਤੇ ਕਰਨ ਦੀ ਗੱਲ ਆਖੀ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਪ੍ਰਧਾਨ ਮੰਤਰੀ ਕੋਲ ਅਫੀਮ ਦੀ ਖੇਤੀ ਕਰਨ ਦੀ ਮੰਗ ਕਰ ਚੁੱਕੇ ਨੇ। ਅਫੀਮ ਦੀ ਖੇਤੀ ਦੇ ਸਮਰਥਨ ਵਿੱਚ ਨਵਜੋਤ ਸਿੱਧੂ ਵੱਲੋਂ ਦਿੱਤੇ ਬਿਆਨ ਦਾ ਉਹਨਾਂ ਦੇ ਹੀ ਸਾਥੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਰੋਧ ਕੀਤਾ ਹੈ। ਬਾਜਵਾ ਨੇ ਕਿਹਾ ਕਿ ਇਹ ਨਵਜੋਤ ਸਿੱਧੂ ਦਾ ਨਿੱਜੀ ਬਿਆਨ ਹੈ ਕਿਉਂਕਿ ਪੰਜਾਬ ਸਰਕਾਰ ਕਦੇ ਵੀ ਇੱਕ ਨਸ਼ੇ ਨੂੰ ਖਤਮ ਕਰਨ ਲਈ ਦੂਜੇ ਨਸ਼ੇ ਨੂੰ ਪਹਿਲ ਨਹੀਂ ਦੇ ਸਕਦੀ। ਉਹਨਾਂ ਸਾਫ਼ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਦੀ ਖੇਤੀ ਨਹੀਂ ਹੋਣ ਦੇਵੇਗੀ। ਨਾ ਅਸੀਂ ਖਸ ਖਸ ਦੇ ਮੈਂ ਹੱਕ ਚ, ਨਾ ਪਾਰਟੀ ਦੇ ਹੱਕ ਚ, ਅਸੀਂ ਤਾਂ ਨਸ਼ਾ ਖਤਮ ਦੇ ਹੱਕ ਚ। ਸਿੱਧੂ ਸਾਹਿਬ ਦੇ ਜਾਤੀ ਵੀ ਨੇ, ਗਾਂਧੀ ਸਾਹਿਬ ਨਾਲ ਮੇਰਾ ਕੋਈ ਤਲਕ ਨਹੀਂ।